ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। HDFC ਬੈਂਕ ਵੱਲੋਂ ਦੇਸ਼ ਭਰ ਵਿੱਚ ਮਾਨਵਤਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ HDFC ਬੈਂਕ ਗ੍ਰਾਇਆ ਬ੍ਰਾਂਚ ਵੱਲੋਂ ਗ੍ਰਾਇਆ ਬਲੱਡ ਸੇਵਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਬਹੁਤ ਸਾਰੇ ਖੂਨਦਾਨੀਆਂ ਨੇ ਸਵੈ ਇੱਛਕ ਖੂਨਦਾਨ ਕੀਤਾ। ਇਸ ਮੌਕੇ ਬ੍ਰਾਂਚ ਮੈਨੇਜਰ ਦੁੱਗਲ ਨੇ ਬੋਲਦਿਆਂ ਕਿਹਾ ਕਿ ਇਹ ਕੈਂਪ ਮਾਨਵਤਾ ਨੂੰ ਸਮਰਪਿਤ ਹੈ, ਇਹੋ ਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਗ੍ਰਾਇਆ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਈ ਨੇ ਬੋਲਦਿਆਂ ਕਿਹਾ ਕਿ ਜਿਵੇਂ HDFC ਬੈਂਕ ਨੇ ਇਹ ਉਪਰਾਲਾ ਕੀਤਾ ਹੈ, ਇਸ ਤਰ੍ਹਾਂ ਹੀ ਬਾਕੀ ਬੈਂਕਾਂ ਅਤੇ ਸਰਕਾਰੀ ਅਦਾਰਿਆਂ ਨੂੰ ਵੀ ਇਸ ਵਿੱਚ ਆਪਣੀ ਸ਼ਮੂਲੀਅਤ ਪਾਉਣੀ ਚਾਹੀਦੀ ਹੈ, ਤਾਂ ਜੋ ਲੋੜਵੰਦਾਂ ਤੱਕ ਖੂਨ ਪਹੁੰਚਾਇਆ ਜਾ ਸਕੇ ਅਤੇ ਕਿਸੇ ਨੂੰ ਨਵਾਂ ਜੀਵਨ ਮਿਲ ਸਕੇ। ਉਹਨਾਂ ਨੇ ਕਿਹਾ ਕਿ 1 ਯੂਨਿਟ ਖੂਨਦਾਨ ਨਾਲ 4 ਵਿਅਕਤੀ ਦੀ ਪੂਰਤੀ ਹੁੰਦੀ ਹੈ। ਇਸ ਮੌਕੇ ਬੈਂਕ ਦੇ ਸਟਾਫ ਤੋਂ ਇਲਾਵਾ ਗ੍ਰਾਇਆ ਬਲੱਡ ਸੇਵਾ ਵੈਲਫੇਅਰ ਸੁਸਾਇਟੀ ਦੀ ਟੀਮ ਮੌਜੂਦ ਸੀ। HDFC ਬੈਂਕ ਗੁਰਾਇਆਂ ਵੱਲੋਂ ਆਲ ਓਵਰ ਇੰਡੀਆ ਦੇ ਵਿੱਚ ਜਿੱਥੇ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਆ, ਉੱਥੇ ਅੱਜ HDFC ਬੈਂਕ ਗੁਰਾਇਆਂ ਵਿੱਚ ਵੀ ਬਲੱਡ ਡੋਨੇਸ਼ਨ ਕੈਂਪ ਗੁਰਾਇਆਂ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ। ਸੋ ਬਹੁਤ ਸਾਰੇ ਡੋਨਰਸ ਵੀਰ ਔਰ ਭੈਣਾਂ ਵੱਧ ਚੜ੍ਹ ਕੇ ਬਲੱਡ ਡੋਨੇਟ ਕਰ ਰਹੀਆਂ ਨੇ, ਔਰ ਮੈਂ ਆਸ ਕਰਦਾ ਕਿ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ HDFC ਬੈਂਕ ਕਰਦੇ ਰਹੇਗਾ ਤਾਂ ਕਿ ਲੋਕਾਂ ਤੱਕ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ ਉਹਨਾਂ ਤੱਕ ਇਹ ਖੂਨ ਪਹੁੰਚਾਇਆ ਜਾ ਸਕੇ, ਕਿਉਂਕਿ ਤੁਹਾਡੇ ਦੁਆਰਾ ਦਿੱਤਾ ਗਿਆ ਬਲੱਡ ਕਿਸੇ ਦੀ ਕੀਮਤੀ ਜਾਨ ਬਚਾਉਂਦਾ, ਜ਼ਿੰਦਗੀ ਨੂੰ ਬਚਾਉਂਦਾ। ਸੋ ਆਓ ਮਿਲ ਕੇ ਇਸ ਦਿਨ ਨੂੰ ਹੋਰ ਅੱਗੇ ਵਧੀਏ, ਇਸ ਮਿਸ਼ਨ ਨੂੰ ਹੋਰ ਅੱਗੇ ਵਧਾਈਏ। ਜਿਉਂਦੇ ਜੀ ਖੂਨਦਾਨ ਔਰ ਮਰਨ ਤੋਂ ਬਾਅਦ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਦੀ ਸੇਵਾ ਦੇ ਵਿੱਚ ਆਪਣਾ ਸਹਿਯੋਗ ਕਰੀਏ। HDFC ਬੈਂਕ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦਾ ਇਹ ਕੈਂਪ ਉਲੀਕਿਆ। ਥੈਂਕ ਯੂ ਸੋ ਮੱਚ। ਹਾਂਜੀ, ਅੱਜ ਆਪਾਂ ਗੁਰਾਇਆ HDFC ਬੈਂਕ ਬ੍ਰਾਂਚ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਔਰਗਨਾਈਜ਼ ਕੀਤਾ। ਸੋ ਇਹ ਇਕੱਲਾ ਸਾਡੀ ਬ੍ਰਾਂਚ ਵਿੱਚ ਹੀ ਨਹੀਂ, HDFC ਬੈਂਕ ਨੇ ਇਹ ਇਨੀਸ਼ੀਏਟਿਵ ਪੈਨ ਇੰਡੀਆ ਲੈਵਲ 'ਤੇ ਲਿਆ ਹੈਗਾ। ਸੋ ਸਾਡੀਆਂ 4,000 ਤੋਂ ਜ਼ਿਆਦਾ ਬ੍ਰਾਂਚਾਂ ਦੇ ਵਿੱਚ ਅੱਜ ਆਪਾਂ ਬਲੱਡ ਡੋਨੇਸ਼ਨ ਕੈਂਪ ਔਰਗਨਾਈਜ਼ ਕੀਤੇ ਹੈ, ਔਰ ਇਹ ਆਪਾਂ ਪਿਛਲੇ 13 ਸਾਲਾਂ ਤੋਂ ਹਰ ਸਾਲ ਕਰਦੇ ਆ ਰਹੇ HDFC ਬੈਂਕ ਵੱਲੋਂ। ਸੋ ਇਹ ਬੈਂਕ ਦਾ ਸਾਡਾ ਇੱਕ ਆਪਣਾ ਇਨੀਸ਼ੀਏਟਿਵ ਹੈ ਜਿਹਦੇ ਥਰੂ ਆਪਾਂ ਸੋਸਾਇਟੀ ਦੇ ਵਿੱਚ ਜੋ ਵੀ ਆਪਾਂ ਕਰ ਸਕਦੇ ਹਾਂ ਇੱਕ ਕੋਮਨ ਪਰਸਨ ਦੇ ਲਈ, ਸੋ ਆਪਾਂ ਉਹਦੇ ਥਰੂ ਇਹ ਸਾਡੇ ਹੋਰ ਵੀ ਇਨੀਸ਼ੀਏਟਿਵਸ ਹੈਗੇ ਆ। ਸੋ ਇਹ ਵਨ ਆਫ ਦੀ ਦੋਜ਼ ਇਨੀਸ਼ੀਏਟਿਵਸ ਹੈ ਜਿਹਦੇ ਥਰੂ ਆਪਾਂ ਬਲੱਡ ਡੋਨੇਸ਼ਨ ਦੇ ਕੈਂਪ ਔਰਗਨਾਈਜ਼ ਕਰਦੇ ਹਾਂ ਹਰ ਸਾਲ। ਸੋ ਅੱਜ ਆਪਾਂ ਗੁਰਾਇਆਂ ਦੇ ਵਿੱਚ ਇਸ ਬ੍ਰਾਂਚ ਦੇ ਵਿੱਚ ਜਿਹੜਾ ਕੈਂਪ ਔਰਗਨਾਈਜ਼ ਕੀਤਾ ਹੈ ਇਹਦੇ ਵਿੱਚ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਘੱਟੋ ਘੱਟ 50 ਡੋਨਰਸ ਤਾਂ ਆਪਾਂ ਡੈਫੀਨੇਟਲੀ ਅੱਜ ਅਰੇਂਜ ਕਰਾਵਾਂਗੇ। ਸੋ ਕੋਸ਼ਿਸ਼ ਹੈ ਕਿ ਉਸ ਤੋਂ ਜ਼ਿਆਦਾ ਕਰੀਏ। ਸੋ ਸਵੇਰ ਤੋਂ ਕਾਫੀ ਸਾਰੇ ਸਾਡੇ ਕਸਟਮਰਸ ਔਰ ਲੋਕਲ ਜਿਹੜੇ ਸਿਟੀਜ਼ਨ ਹੈਗੇ ਗੁਰਾਇਆਂ ਦੇ ਆ ਰਹੇ ਹੈਗੇ ਆ, ਉਹ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹੈਗੇ ਆ। ਸੋ ਵੀ ਆਰ ਹੋਪਿੰਗ ਕਿ ਬਾਏ ਟੂਡੇ ਵੀ ਵਿਲ ਬੀ ਏਬਲ ਟੂ ਕਲੋਜ਼ ਮੋਰ ਦੈਨ 50 ਡੋਨਰਸ ਇਨ ਦਿਸ ਬਲੱਡ ਡੋਨੇਸ਼ਨ ਕੈਂਪ। ਥੈਂਕ ਯੂ ਵੈਰੀ ਮੱਚ।